ਸਵਾਗਤ ਹੈ ਸਾਰਿਆਂ ਨੂੰ। ਮੈਂ ਮੋਹਿੰਦਰ ਕੌਰ, MD ਫਲਾਈ ਬਰੋਡ ਇਮੀਗ੍ਰੇਸ਼ਨ ਤੋਂ ਅੰਮ੍ਰਿਤਸਰ ਤੋਂ। ਅੱਜ ਮੈਂ ਤੁਹਾਨੂੰ ਕੈਨੇਡਾ ਦੀ ਇਨਫੋਰਮੇਸ਼ਨ ਦੇਣੀ ਚਾਹਾਂਗੀ। ਜਿਵੇਂ ਕਿ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਉਹ ਡਰੇ ਹੋਏ ਨੇ ਕਿ ਉਹਨਾਂ ਦੇ ਜਿਹੜੀ ਬੈਂਡ ਰਿਕੁਆਇਰਮੈਂਟ ਹੈ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਲੈਣ ਦੀ, 6 ਓਵਰਆਲ ਹੈਗੀ ਆ ਅਤੇ 6 ਈਚ ਹੈਗੀ ਆ। ਤੁਹਾਨੂੰ ਮੈਂ ਇੱਥੇ ਗੱਲ ਕਲੀਅਰ ਕਰਦਾ ਕਿ ਸਟੂਡੈਂਟਸ ਨੂੰ ਸਿਰਫ 6 ਬੈਂਡ ਓਵਰਆਲ ਚਾਹੀਦੇ ਨੇ ਅਤੇ 2 ਮੋਡਿਊਲ ਵਿੱਚ, ਈਵਨ ਉਹਨਾਂ ਦੇ ਜੇ 5.5 ਬੈਂਡ ਹੈਗੇ ਨੇ ਜਾਂ 1 ਮੋਡਿਊਲ ਵਿੱਚ 5 ਨੇ, ਦੈਨ ਆਲਸੋ ਉਹ ਆਪਣਾ ਵੀਜ਼ਾ ਲੈ ਸਕਦੇ ਨੇ। ਇਹ ਚੀਜ਼ ਸਿਰਫ ਫਲਾਈ ਬਰੋਡ ਆਫਿਸ ਵਿੱਚ ਹੁੰਦੀ ਆ, ਕਿਉਂਕਿ ਇੱਥੇ ਬਹੁਤ ਸਾਰੇ ਕੇਸਿਸ ਇਸ ਤਰ੍ਹਾਂ ਦੇ ਆਉਂਦੇ ਨੇ ਜਿਨ੍ਹਾਂ ਦੇ 6 ਓਵਰਆਲ ਹੁੰਦੇ ਨੇ ਬਟ ਉਹਨਾਂ ਦੇ 6 ਈਚ ਵਿੱਚ ਨਹੀਂ ਹੁੰਦੇ, ਬਟ ਸਟਿਲ ਵੀ ਹੈਵ ਗਿਵਨ ਦੈਮ ਦਾ ਵੀਜ਼ਾਸ। ਅਤੇ ਮੈਂ ਇਹ ਗੱਲ ਚੈਲੇਂਜ ਕਰਦੀ ਹਾਂ ਕਿ ਜਿਨ੍ਹਾਂ ਦੇ ਵੀ 6 ਬੈਂਡ ਓਵਰਆਲ ਨੇ, ਇਧਰ ਉਹ ਬੱਚਾ 12th ਗ੍ਰੇਡ ਸਟੂਡੈਂਟ ਹੈਗਾ ਵਾ, ਇਧਰ ਉਹਨੇ ਗ੍ਰੈਜੂਏਸ਼ਨ ਕੀਤੀ ਹੈ ਜਾਂ ਉਹਨੇ ਮਾਸਟਰਸ ਕੀਤੀ ਆ, ਉਹਨਾਂ ਸਟੂਡੈਂਟਸ ਨੂੰ ਸਿਰਫ 6 ਬੈਂਡ ਓਵਰਆਲ ਦੀ ਰਿਕੁਆਇਰਮੈਂਟ ਆ ਅਤੇ 6 ਈਚ ਹੋਣਾ ਜ਼ਰੂਰੀ ਨਹੀਂ ਹੈ। ਤੁਸੀਂ ਅੱਗੇ ਸਾਡੇ ਵੀਜ਼ਾਸ ਦੇਖ ਸਕਦੇ ਹੋ ਕਿ 5.5 ਈਚ ਦੇ ਉੱਪਰ ਵੀ ਅਸੀਂ ਮਾਸਟਰਸ ਦੇ ਸਟੂਡੈਂਟ, ਮਾਸਟਰ ਸਟੂਡੈਂਟਸ ਦੇ ਵੀ ਅਸੀਂ ਵੀਜ਼ਾਸ ਲਏ ਹੋਏ ਨੇ। ਇਸ ਵੀਕ ਦੇ ਹੀ ਸਾਡੇ ਬਹੁਤ ਸਾਰੇ ਰਿਜ਼ਲਟ ਨੇ ਜਿਨ੍ਹਾਂ ਨੇ 6 ਓਵਰਆਲ ਅਤੇ 5.5 ਈਚ ਦੇ ਉੱਪਰ ਵੀ ਵੀਜ਼ਾ ਲਏ ਹੋਏ ਨੇ। ਜਿਨ੍ਹਾਂ ਨੇ ਮਾਸਟਰਸ ਕੀਤੀ ਹੋਈ ਸੀ ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ, ਅਤੇ 12th ਗ੍ਰੇਡ ਦੇ ਬੱਚੇ ਦੀ ਤਾਂ ਗੱਲ ਹੀ ਕੋਈ ਨਹੀਂ ਆ। 6 ਬੈਂਡ ਓਵਰਆਲ ਲੈ ਲਓ ਤੁਸੀਂ ਅਤੇ 5.5 2 ਮੋਡਿਊਲ ਵਿੱਚ ਜਾਂ 1 ਮੋਡਿਊਲ ਵਿੱਚ ਵੀ ਤੁਹਾਡੇ ਅਗਰ 5 ਨੇ, ਤੁਸੀਂ ਆਪਣਾ ਵੀਜ਼ਾ ਕੈਨੇਡਾ ਦਾ ਈਜ਼ੀਲੀ ਲੈ ਸਕਦੇ ਹੋ। ਉਸਦੇ ਲਈ ਤੁਹਾਨੂੰ ਫਲਾਈ ਅਬਰੋਡ ਇਮੀਗ੍ਰੇਸ਼ਨ ਦੇ ਆਫਿਸ, ਹੈੱਡ ਆਫਿਸ ਜਿਹੜਾ ਵਾ ਸਾਡਾ ਅੰਮ੍ਰਿਤਸਰ ਦੇ ਵਿੱਚ ਲੋਕੇਟਡ ਹੈਗਾ, ਰਣਜੀਤ ਐਵੀਨਿਊ ਬੀ ਬਲੋਕ ਦੇ ਵਿੱਚ, ਅਤੇ ਬ੍ਰਾਂਚ ਆਫਿਸ ਹੈ ਜਿਹੜਾ ਸਾਡਾ ਉਹ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਭਿਕੀਵਿੰਡ ਦੇ ਵਿੱਚ ਲੋਕੇਟਡ ਹੈਗਾ। ਤੁਸੀਂ ਇਹਨਾਂ ਦੋਨਾਂ ਜਗ੍ਹਾ ਦੇ ਉੱਤੇ ਜਿੱਥੇ ਮਰਜ਼ੀ ਆਪਣੀ ਫਾਈਲ ਅਪਲਾਈ ਕਰ ਸਕਦੇ ਹੋ। ਤੁਹਾਨੂੰ ਅਸੀਂ ਸ਼ੋਰਟੀ ਦਿੰਦੇ ਹਾਂ ਕਿ ਅਸੀਂ ਤੁਹਾਨੂੰ ਗਾਰੰਟਿਡ 6 ਬੈਂਡ ਓਵਰਆਲ ਅਤੇ 5.5 ਈਚ ਦੇ ਉੱਪਰ ਵੀਜ਼ਾ ਕਰਾ ਕੇ ਦੇਵਾਂਗੇ, ਭਾਵੇਂ ਤੁਸੀਂ ਗ੍ਰੈਜੂਏਟ ਸਟੂਡੈਂਟ ਹੋ, ਭਾਵੇਂ ਤੁਸੀਂ ਮਾਸਟਰ ਸਟੂਡੈਂਟ ਹੋ, ਭਾਵੇਂ ਤੁਸੀਂ 12th ਗ੍ਰੇਡ ਸਟੂਡੈਂਟਸ ਹੋ। ਹੁਣ ਆਪਾਂ ਗੱਲ ਕਰੀਏ ਇਨਟੇਕਸ ਦੀ। ਸਾਡੇ ਕੋਲ ਬਹੁਤ ਸਾਰੇ ਤਰ੍ਹਾਂ ਦੇ ਇਨਟੇਕਸ ਹੈਗੇ ਨੇ, ਅਕਟੋਬਰ ਦੇ ਵਿੱਚ, ਨਵੰਬਰ ਦੇ ਵਿੱਚ, ਡਿਸੰਬਰ ਦੇ ਵਿੱਚ, ਬਹੁਤ ਸਾਰੇ ਤਰ੍ਹਾਂ ਦੇ ਕਾਲਜਸ ਨੇ ਜਿਸ ਦੇ ਵਿੱਚ ਤੁਸੀਂ ਅਪਲਾਈ ਕਰਕੇ ਆਪਣਾ ਵੀਜ਼ਾ ਲੈ ਸਕਦੇ ਹੋ। ਤੁਹਾਨੂੰ ਸਿਟੀਜ਼ ਮੈਂ ਇੱਥੇ ਦੱਸ ਦੇਵਾਂ, ਕਿਊਬੈਕ ਤੋਂ ਲੈ ਕੇ, ਟੋਰੋਂਟੋ ਤੋਂ ਲੈ ਕੇ, ਬਹੁਤ ਸਾਰੇ ਕਾਲਜਸ ਨੇ ਡਿਫਰੈਂਟ ਡਿਫਰੈਂਟ ਪ੍ਰੋਵਿੰਸਿਸ ਦੇ ਵਿੱਚ ਹੈਗੇ ਨੇ ਜਿਨ੍ਹਾਂ ਨਾਲ ਸਾਡੇ ਡਾਇਰੈਕਟ ਐਪਸ ਨੇ ਜਿੱਥੇ ਤੁਸੀਂ ਆਪਣਾ ਵੀਜ਼ਾ ਜਿਹੜਾ ਈਜ਼ੀਲੀ ਲੈ ਸਕਦੇ ਹੋ। ਬਹੁਤ ਸਾਰੀ ਯੂਨੀਵਰਸਿਟੀਜ਼ ਹੈਗੀਆਂ ਨੇ ਜਿਹੜੀਆਂ ਕਿ ਅਜੇ ਵੀ ਸਾਨੂੰ ਆਫਰ ਲੈਟਰਸ ਦੇ ਰਹੀਆਂ ਨੇ, ਜਿਨ੍ਹਾਂ ਅਜੇ ਵੀ ਆਫਰ ਲੈਟਰਸ ਦੇ ਰਹੀਆਂ ਨੇ ਜਿਨ੍ਹਾਂ ਦੇ ਵਿੱਚ 5.5 ਈਚ ਦੇ ਉੱਪਰ ਵੀ ਅਸੀਂ ਆਫਰ ਲੈਟਰ ਲੈ ਕੇ ਆਪਣਾ ਵੀਜ਼ਾ ਫਾਈਲ ਕਰ ਸਕਦੇ ਹਾਂ ਅਤੇ ਆਪਣਾ ਵੀਜ਼ਾ ਜਿਹੜਾ ਵਾ ਅਸੀਂ ਲੈ ਸਕਦੇ ਹਾਂ। ਹੁਣ ਆਪਾਂ ਗੱਲ ਕਰੀਏ ਕਿ ਗੈਪ ਦੀ। ਜਿਨ੍ਹਾਂ ਵੀ ਸਟੂਡੈਂਟਸ ਦੇ 4 ਸਾਲ ਤੋਂ 5 ਸਾਲ ਦੇ ਗੈਪ ਨੇ, ਜਿਨ੍ਹਾਂ ਨੇ 12th ਗ੍ਰੇਡ ਪਾਸ ਆਊਟ ਕੀਤੀ ਹੈ 2014 ਦੇ ਵਿੱਚ ਜਾਂ 15 ਦੇ ਵਿੱਚ, ਉਹ ਸਾਰੇ ਸਟੂਡੈਂਟਸ ਜਿਹੜੇ ਨੇ ਉਹ ਐਲੀਜੀਬਲ ਨੇ ਕੈਨੇਡਾ ਦੇ ਵਿੱਚ ਅਪਲਾਈ ਕਰਨ ਲਈ ਅਤੇ ਆਪਣਾ ਵੀਜ਼ਾ ਲੈਣ ਲਈ। ਹੁਣ ਤੁਸੀਂ ਇੱਥੇ ਸੋਚੋਗੇ ਕਿ ਇੰਨੇ ਸਾਲ ਦੇ ਗੈਪ ਦੇ ਉੱਪਰ ਤੁਸੀਂ ਵੀਜ਼ਾ ਕਿਵੇਂ ਲੈਂਦੇ ਹੋ। ਇੱਥੇ ਤੁਹਾਨੂੰ ਮੈਂ ਦੱਸਣੀ ਚਾਹੂੰਗੀ ਕਿ ਇੱਥੇ ਸਾਨੂੰ ਕਈ ਚੀਜ਼ਾਂ ਦੀ ਕਲੈਰੀਫਿਕੇਸ਼ਨ ਕਰਨੀ ਪੈਂਦੀ ਹੈ ਕਿ ਅਸੀਂ ਗੈਪ ਦੇ ਵਿੱਚ ਕੀ ਕੀਤਾ ਹੋਇਆ ਔਰ ਅਸੀਂ ਆਪਣੀ ਫਾਈਲ ਨੂੰ ਕਿਵੇਂ ਪ੍ਰੈਜੈਂਟ ਕਰਦੇ ਹਾਂ। ਤੁਹਾਨੂੰ ਮੈਂ ਇੱਕ ਚੀਜ਼ ਬਿਲਕੁਲ ਕਲੀਅਰ ਕਰਦਾ, ਅਗਰ ਕਿਸੇ ਵੀ ਸਟੂਡੈਂਟ ਨੇ 7 ਬੈਂਡ ਵੀ ਲਏ ਨੇ, 8 ਬੈਂਡ ਵੀ ਲਏ ਨੇ, ਉਹਨਾਂ ਦੀ ਵੀ ਰਿਫਿਊਜ਼ਲਸ ਆਉਂਦੀਆਂ ਨੇ, ਬਟ ਜਿਨ੍ਹਾਂ ਦੇ ਬੈਂਡ ਘੱਟ ਨੇ ਉਹਨਾਂ ਦੇ ਵੀ ਵੀਜ਼ਾਸ ਆਉਂਦੇ ਨੇ। ਇਹ ਚੀਜ਼ ਕਿਉਂ ਹੁੰਦੀ ਹੈ ਤੁਹਾਨੂੰ ਉਸਦਾ ਮੈਂ ਮੇਨ ਰੀਜ਼ਨ ਦੱਸ ਦੇਵਾਂ। ਤੁਹਾਡੀ SOP 'ਤੇ ਡਿਪੈਂਡ ਕਰਦਾ ਹੈ ਤੁਹਾਡਾ ਵੀਜ਼ਾ ਲੈਣਾ। ਅਗਰ ਤੁਹਾਡੀ SOP ਕਰੈਕਟ ਨਹੀਂ ਹੈ, ਤੁਸੀਂ ਉੱਥੇ ਆਪਣੇ ਡਿਟੇਲਸ ਨਹੀਂ ਦਿੱਤੀਆਂ ਨੇ ਕਿ ਤੁਸੀਂ ਇੰਡੀਆ ਦੇ ਵਿੱਚ ਆਪਣੀ ਸਟੱਡੀ ਜਿਹੜੀ ਕੀਤੀ ਸੀਗੀ ਉਹ ਕਿਹੜੀ ਸੀਗੀ ਅਤੇ ਫਰਦਰ ਜਿਹੜਾ ਤੁਸੀਂ ਆਪਣੀ ਸਟੱਡੀ ਲਈ ਆ ਉਸਦਾ ਕੀ ਕਨੈਕਸ਼ਨ ਹੈਗਾ ਵਾ ਇੰਡੀਆ ਦੀ ਸਟੱਡੀ ਦੇ ਨਾਲ ਅਤੇ ਫੋਰਨ ਦੀ ਸਟੱਡੀ ਦੇ ਨਾਲ, ਉਹਨੂੰ ਕਨੈਕਟ ਕਰਨਾ ਪੈਂਦਾ ਵਾ, ਉਹਨੂੰ ਪ੍ਰੋਪਰਲੀ ਮੈਂਸ਼ਨ ਕਰਨਾ ਹੁੰਦਾ ਕਿ ਮੈਂ ਇੰਡੀਆ ਦੇ ਵਿੱਚ ਇਹ ਸਟੱਡੀ ਕੀਤੀ ਹੋਈ ਆ ਅਤੇ ਫਰਦਰ ਮੈਂ ਜਿਹੜਾ ਇਹ ਕੋਰਸ ਕਰਨ ਲਈ ਜਾ ਰਿਹਾ ਵਾਂ ਜਾਂ ਜਾ ਰਹੀ ਹਾਂ, ਉਸਦਾ ਮੈਨੂੰ ਕੀ ਬੈਨੀਫਿਟਸ ਨੇ, ਫਰਦਰ ਮੈਨੂੰ ਉਸਦੇ ਨਾਲ ਮੇਰੀ ਜਿਹੜੀ ਆ ਫਰਦਰ ਮੈਨੂੰ ਉਸਦੀ ਅੱਗੇ ਮੈਨੂੰ ਜੋਬ ਓਪਰਚੁਨਿਟੀਜ਼ ਕਿਹੜੀਆਂ ਨੇ ਭਾਵੇਂ ਉਹ ਇੰਡੀਆ ਦੇ ਵਿੱਚ ਹੈ। ਮੇਨ ਤਾਂ ਆਪਾਂ ਇਹੀ ਰੀਜ਼ਨ ਦਿੰਦੇ ਹਾਂ ਕਿ ਅਸੀਂ ਆਪਣੀ ਹੋਮ ਕੰਟਰੀ ਵਾਪਿਸ ਆ ਕੇ ਆਪਣਾ ਬਿਜ਼ਨਸ ਸੈਟਅਪ ਕਰਨਾ ਜਾਂ ਅਸੀਂ ਜਿਹੜੀ ਹੈਗੀ ਆ ਆਪਣੀ ਕਿਸੇ ਜੋਬ ਨੂੰ ਕਰਨਾ, ਅਤੇ ਇਸ ਕਰਕੇ ਜਿਹੜਾ ਵਾ ਮੈਂ ਆਪਣਾ ਇੰਟਰਨੈਸ਼ਨਲ ਜਿਹੜਾ ਵਾ ਜੋਬ ਐਕਸਪੀਰੀਅੰਸ ਲੈਣ ਲਈ ਜਾ ਰਿਹਾ ਵਾਂ ਜਾਂ ਇੰਟਰਨੈਸ਼ਨਲ ਸਟੱਡੀ ਲੈਣ ਲਈ ਜਾ ਰਿਹਾ ਵਾਂ। ਇਹ ਚੀਜ਼ਾਂ ਜਦੋਂ ਕਲੀਅਰ ਤੁਸੀਂ ਕਰਦੇ ਹੋ ਹਾਈ ਕਮਿਸ਼ਨ ਦੇ ਵਿੱਚ ਤਾਂ ਹੀ ਤੁਹਾਨੂੰ ਜਿਹੜਾ ਵਾ ਵੀਜ਼ਾ ਅਪਰੂਵਲ ਤੁਹਾਨੂੰ ਮਿਲਦੀ ਆ। ਅਦਰਵਾਈਜ਼ ਜੇ ਤੁਹਾਡੇ ਬੈਂਡ ਵੀ ਚੰਗੇ ਨੇ ਬਟ ਜੇ ਤੁਹਾਡਾ ਕੰਸਲਟੈਂਟ ਤੁਹਾਨੂੰ ਇਹਨਾਂ ਚੀਜ਼ਾਂ 'ਤੇ ਕੰਮ ਨਹੀਂ ਕਰਦਾ, ਫਾਈਲ ਪ੍ਰੈਜੈਂਟ ਪ੍ਰੋਪਰ ਨਹੀਂ ਕਰਦਾ, ਤਾਂ ਵੀ ਤੁਹਾਡਾ ਵੀਜ਼ਾ ਜਿਹੜਾ ਵਾ ਰਿਫਿਊਜ਼ ਹੋ ਜਾਂਦਾ। ਇਸ ਕਰਕੇ ਬੈਂਡ ਅਗਰ ਘੱਟ ਵੀ ਨੇ ਮਾਸਟਰਸ ਦੇ ਉੱਪਰ ਵੀ ਤੁਹਾਡੇ 6 ਓਵਰਆਲ ਨੇ ਜਾਂ 5.5 ਈਚ ਨੇ, ਜੇ ਤੁਹਾਡੀ ਫਾਈਲ ਪ੍ਰੈਜੈਂਟੇਸ਼ਨ ਪ੍ਰੋਪਰ ਹੈਗੀ ਹੈ ਤਾਂ ਹੀ ਤੁਸੀਂ ਵੀਜ਼ਾ ਆਪਣਾ ਲੈ ਸਕਦੇ ਹੋ।
ਜਾਂ 12 ਗ੍ਰੇਡ ਸਟੂਡੈਂਟਸ ਹੈਗੇ ਆ ਜਾਂ 6 ਓਵਰਆਲ ਨੇ ਤਾਂ 5.5 ਬੈਂਡ ਦੋ ਮੋਡਿਊਲ 'ਚ ਨੇ ਜਾਂ 5 ਬੈਂਡ ਇੱਕ ਮੋਡਿਊਲ 'ਚ ਹੈਗੇ ਆ ਜੇ ਤੁਹਾਡੀ ਫਾਈਲ ਪ੍ਰੈਜੈਂਟੇਸ਼ਨ ਸਹੀ ਹੈ ਤਾਂ ਤੁਸੀਂ ਆਪਣਾ ਵੀਜ਼ਾ ਲੈ ਸਕਦੇ ਹੋ ਅਦਰਵਾਈਜ਼ ਤੁਸੀਂ ਕਦੀ ਵੀ ਆਪਣਾ ਵੀਜ਼ਾ ਨਹੀਂ ਲੈ ਸਕਦੇ ਇਹ ਸਾਰਾ ਡਿਪੈਂਡ ਕਰੇਗਾ ਤੁਹਾਡੀ ਫਾਈਲ ਪ੍ਰੈਜੈਂਟੇਸ਼ਨ 'ਤੇ ਤੁਹਾਡੇ ਡਾਕੂਮੈਂਟਸ ਪ੍ਰੋਪਰ ਕੰਪਲੀਟ ਲਗਾਏ ਜਾ ਰਹੇ ਜਾਂ ਨਹੀਂ ਜਾਂ ਤੁਹਾਡੇ ਗੈਪ ਦੇ ਵਿੱਚ ਕੀ ਮੈਨਸ਼ਨ ਕੀਤਾ ਜਾ ਰਿਹਾ ਜਾਂ ਤੁਹਾਡੀ SOP ਕਿਵੇਂ ਦੀ ਬਣ ਰਹੀ ਆ ਇਹ ਸਾਰਾ ਕੁਝ ਇਸ ਚੀਜ਼ ਦੇ ਉੱਤੇ ਡਿਪੈਂਡ ਕਰਦਾ ਅਸੀਂ ਜਿੰਨੇ ਵੀ ਵੀਜ਼ਾਸ ਲੈਂਦੇ ਹਾਂ ਅਸੀਂ ਸਿੰਗਲ ਸਿੰਗਲ ਫਾਈਲ ਦੇ ਉੱਪਰ ਇਕੱਲੀ ਇਕੱਲੀ SOP ਜਿਹੜੀ ਹੈ ਮੈਂ ਖੁਦ ਪ੍ਰਿਪੇਅਰ ਕਰਦੀ ਹਾਂ ਔਰ ਪ੍ਰੋਪਰ ਗੋ ਥਰੂ ਹੋ ਕੇ ਆਪਣੇ ਸਟੂਡੈਂਟਸ ਦੀ ਫਾਈਲ ਦੇ ਉੱਪਰ ਪੂਰਾ ਹਾਰਡ ਵਰਕ ਕਰਨ ਤੋਂ ਬਾਅਦ ਜਿਹੜਾ ਵਾ ਅਸੀਂ ਵੀਜ਼ਾ ਲੈਂਦੇ ਹਾਂ ਆਪਾਂ ਗੱਲ ਕਰੀਏ ਗੈਪ ਦੀ ਗੈਪ ਦੇ ਉੱਪਰ ਵੀ ਅਸੀਂ ਵੀਜ਼ਾਸ ਲਏ ਨੇ ਹਜ਼ਾਰਾਂ ਵੀਜ਼ਾਸ ਲਏ ਨੇ ਕੈਨੇਡਾ ਦੇ ਤੁਸੀਂ ਆ ਕੇ ਸਾਡੇ ਆਫਿਸ ਦੇਖ ਸਕਦੇ ਹੋ ਕਿ ਕਿੰਨੇ ਵੀਜ਼ਾਸ ਕਿੰਨੇ ਬੈਂਡ ਦੇ ਅਸੀਂ ਲਏ ਸੈਪਟੈਂਬਰ ਇਨਟੇਕ ਦੇ ਵੀ ਅਸੀਂ 5.5 ਵੀਚ ਦੇ ਉੱਪਰ ਵੀਜ਼ਾਸ ਲਏ ਨੇ ਐਂਡ ਜਨਵਰੀ ਦੇ ਵੀ ਆਪਾਂ ਲੈ ਰਹੇ ਹਾਂ ਵੀਜ਼ਾਸ ਅਤੇ ਹੋਪਸ ਆਫ ਬਹੁਤ ਸਾਰੇ ਵੀਜ਼ਾਸ ਆਣਗੇ ਜੈਨ ਇਨਟੇਕ ਦੇ ਜਿਨ੍ਹਾਂ ਦੇ ਵਿੱਚ ਸਟੂਡੈਂਟਸ ਦੇ ਸਿਰਫ 6 ਓਵਰਆਲ ਹੋਣਗੇ ਅਤੇ 5.5 ਵੀਚ ਹੋਣਗੇ ਅਤੇ ਹੁਣ ਆਪਾਂ ਗੱਲ ਕਰੀਏ ਇੱਕ ਗੈਪ ਦੀ ਗੱਲ ਤੁਹਾਨੂੰ ਮੈਂ ਜਿਵੇਂ ਦੱਸ ਦਿੱਤੀ ਆ ਮੋਡਿਊਲਸ ਦੇ ਵਿੱਚ ਸਾਨੂੰ ਕਿੰਨੇ ਬੈਂਡ ਚਾਹੀਦੇ ਨੇ ਇਹ ਵੀ ਦੱਸ ਦਿੱਤੇ ਆ ਹੁਣ ਆਪਾਂ ਪਰਸੈਂਟੇਜ ਦੀ ਗੱਲ ਕਰੀਏ ਅਗਰ ਤੁਹਾਡੇ ਓਵਰਆਲ 50-55 ਪਰਸੈਂਟੇਜ ਵੀ ਹੈਗੇ ਨੇ 52% ਹੈਗੇ ਨੇ 53% ਪਰਸੈਂਟੇਜ ਹੈਗੇ ਨੇ ਸਟਿਲ ਤੁਸੀਂ ਜਿਹੜਾ ਵਾ ਆਪਣਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਜਿਹੜਾ ਲੈ ਸਕਦੇ ਹੋ ਇਹ ਸਾਰਾ ਕੁਝ ਡਿਪੈਂਡ ਕਰੇਗਾ ਤੁਹਾਡੀ ਫਾਈਲ ਪ੍ਰੈਜੈਂਟੇਸ਼ਨ ਦੇ ਉੱਪਰ ਕਿ ਤੁਹਾਡੀ ਫਾਈਲ ਕਿਵੇਂ ਪ੍ਰੈਜੈਂਟ ਕੀਤੀ ਜਾਂਦੀ ਆ ਤੁਹਾਡੀ SOP ਕਿਵੇਂ ਬਣਾਈ ਜਾਂਦੀ ਆ ਜਿਵੇਂ ਕਿ ਬਹੁਤ ਸਾਰੇ ਸਟੂਡੈਂਟਸ ਦੇ ਬੜੇ ਅੱਛੇ ਬੈਂਡ ਹੁੰਦੇ ਆ ਬਟ ਉਹਨਾਂ ਦੀ ਫਾਈਲ ਪ੍ਰੈਜੈਂਟ ਪ੍ਰੋਪਰ ਨਹੀਂ ਹੁੰਦੀ ਜਾਂ ਉਹਨਾਂ ਦੀ ਜਿਹੜੀ SOP ਪ੍ਰੋਪਰ ਤਿਆਰ ਨਹੀਂ ਹੁੰਦੀ ਇਸ ਕਰਕੇ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਵਾ ਬਟ ਸਾਡੇ ਆਫਿਸ ਵਿੱਚ ਅਸੀਂ ਜਿਹੜੀ SOP ਦੇ ਉੱਤੇ ਕੰਮ ਕਰਦੇ ਹਾਂ 80% ਵੀਜ਼ਾ ਤੁਹਾਡਾ ਜਿਹੜਾ ਵਾ ਉਹ ਤੁਹਾਡੇ SOP 'ਤੇ ਡਿਪੈਂਡ ਕਰਦਾ ਕਿ ਤੁਸੀਂ ਆਪਣੀ ਫਾਈਲ ਨੂੰ ਕਿਵੇਂ ਪ੍ਰੈਜੈਂਟ ਕਰ ਰਹੇ ਹੋ SOP ਦੇ ਵਿੱਚ ਤੁਸੀਂ ਕੀ ਲਿਖ ਰਹੇ ਹੋ ਤੁਸੀਂ ਇੰਡੀਆ ਦੇ ਵਿੱਚ ਕਿਹੜੀ ਸਟੱਡੀ ਕਰਕੇ ਜਾ ਰਹੇ ਹੋ ਇੰਡੀਆ ਤੋਂ ਔਰ ਫਰਦਰ ਤੁਸੀਂ ਜਿਹੜਾ ਪ੍ਰੋਗਰਾਮ ਲਿਆ ਵਾ ਉਸਦਾ ਕੀ ਕਨੈਕਸ਼ਨ ਹੈਗਾ ਤੁਹਾਡੀ ਪ੍ਰੀਵੀਅਸ ਸਟੱਡੀ ਦੇ ਨਾਲ ਅਤੇ ਫਰਦਰ ਤੁਹਾਡੀ ਇੰਟੈਂਸ਼ਨ ਕੀ ਹੈਗੀ ਆ ਇੰਟਰਨੈਸ਼ਨਲ ਸਟੱਡੀ ਲੈਣ ਤੋਂ ਬਾਅਦ ਇੰਟਰਨੈਸ਼ਨਲ ਐਕਸਪੀਰੀਅੰਸ ਲੈਣ ਤੋਂ ਬਾਅਦ ਤੁਸੀਂ ਕੀ ਕਰਨਾ ਚਾਹੁੰਦੇ ਹੋ ਇੰਡੀਆ ਵਿੱਚ ਆ ਕੇ ਦੁਬਾਰਾ ਆਪਣਾ ਕੋਈ ਬਿਜ਼ਨਸ ਸੈਟਅਪ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕਿਸ ਟਾਈਪ ਦੀ ਜੋਬ ਕਰਨੀ ਚਾਹੁੰਦੇ ਹੋ ਇਹ ਸਾਰੀ ਇੰਟੈਂਸ਼ਨ ਤੁਹਾਡੀ ਕਲੀਅਰ ਕਰਨੀਆਂ ਪੈਂਦੀਆਂ ਤੁਹਾਨੂੰ SOP ਦੇ ਵਿੱਚ ਫਿਰ ਜਾ ਕੇ ਤੁਹਾਡਾ ਵੀਜ਼ਾ ਆਉਂਦਾ ਬਹੁਤ ਸਾਰੀ ਚੀਜ਼ਾਂ ਤੁਹਾਨੂੰ ਦੱਸਣੀਆਂ ਪੈਂਦੀਆਂ ਨੇ ਇਮੀਗ੍ਰੇਸ਼ਨ ਆਫਿਸਰ ਨੂੰ ਕਿ ਤੁਸੀਂ ਫਰਦਰ ਤੁਹਾਡੇ ਕੀ ਪਲਾਨਸ ਨੇ ਕੀ ਫਿਊਚਰ ਪਲਾਨਸ ਨੇ ਔਰ ਤੁਸੀਂ ਜਿਹੜਾ ਕਾਲਜ ਲਿਆ ਵਾ ਉਸਦੇ 'ਤੇ ਤੁਸੀਂ ਕੀ ਰਿਸਰਚ ਕੀਤੀ ਉਸ ਕਾਲਜ ਦੇ ਉੱਪਰ ਕਿ ਉਹ ਕਿਵੇਂ ਦਾ ਕਾਲਜ ਹੈ ਉੱਥੋਂ ਦਾ ਕੀ ਇਨਵਾਇਰਮੈਂਟ ਹੈ ਔਰ ਉੱਥੇ ਜਾ ਕੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਕਲੀਅਰ ਕਰਦੇ ਹੋ ਫਿਰ ਹੀ ਜਾ ਕੇ ਜਿਹੜਾ ਵਾ ਵੀਜ਼ਾ ਆਫਿਸਰ ਤੁਹਾਨੂੰ ਵੀਜ਼ਾ ਗ੍ਰਾਂਟ ਕਰਦਾ ਅਦਰਵਾਈਜ਼ ਤੁਹਾਡੇ ਬੈਂਡ ਜਿੰਨੇ ਮਰਜ਼ੀ ਹੋਣ ਤੁਹਾਡੇ ਪਰਸੈਂਟੇਜ ਜਿੰਨੇ ਮਰਜ਼ੀ ਹੋਣ ਤੁਹਾਨੂੰ ਵੀਜ਼ਾ ਗ੍ਰਾਂਟ ਨਹੀਂ ਹੁੰਦਾ ਇਹਨਾਂ ਚੀਜ਼ਾਂ 'ਤੇ ਪਹਿਲਾਂ ਧਿਆਨ ਰੱਖਣਾ ਪੈਂਦਾ ਔਰ ਇਹ ਚੀਜ਼ਾਂ ਤੁਹਾਨੂੰ ਉਹੀ ਕੰਸਲਟੈਂਟਸ ਕਰ ਸਕਦਾ ਜਿਹਨੂੰ ਐਕਸਪੀਰੀਅੰਸ ਹੈਗਾ ਵਾ ਜਿਹਨੇ ਬਹੁਤ ਸਾਰੇ ਵੀਜ਼ਾਸ ਲਗਾਏ ਆ ਜਿਹਨੇ ਰਿਫਿਊਜ਼ਲਸ ਲਈਆਂ ਨੇ ਜਿਹਨੇ ਬਹੁਤ ਕੁਝ ਸਿੱਖਿਆ ਵਾ ਆਪਣੀ ਫਾਈਲ ਪ੍ਰੈਜੈਂਟ ਕਰਨ ਲੱਗਿਆ ਆਪਣੇ ਸਟੂਡੈਂਟਸ ਦੀ ਇਹ ਐਕਸਪੀਰੀਅੰਸ ਜਿਹੜਾ ਵਾ ਇੱਕ ਕੰਸਲਟੈਂਟ ਹੀ ਤੁਹਾਨੂੰ ਦੱਸ ਸਕਦਾ ਜਿਹਨੇ ਇਸ ਚੀਜ਼ਾਂ ਦੇ ਉੱਤੇ ਕੰਮ ਕੀਤਾ ਹੋਇਆ ਅਤੇ ਤੁਸੀਂ ਆਪਣਾ ਜਿਹੜਾ ਵੀ ਕੰਸਲਟੈਂਟ ਚੂਜ਼ ਕਰਦੇ ਹੋ ਤੁਸੀਂ ਦੇਖੋ ਉਸਨੂੰ ਕਿੰਨੀ ਕੁ ਨੌਲੇਜ ਹੈ ਉਹ ਕਿਵੇਂ ਤੁਹਾਡੀ ਫਾਈਲ ਨੂੰ ਪ੍ਰੈਜੈਂਟ ਕਰਦਾ ਤੁਸੀਂ ਜਾ ਕੇ ਉਹਨਾਂ ਦੇ ਆਫਿਸਰਾਂ ਨੂੰ ਪੁੱਛੋ ਕਿ ਤੁਸੀਂ ਜਿਹੜੇ ਵੀਜ਼ਾਸ ਲਏ ਨੇ ਘੱਟ ਬੈਂਡ ਦੇ ਉੱਤੇ ਜਾਂ ਘੱਟ ਪਰਸੈਂਟੇਜ ਦੇ ਉੱਤੇ ਅਤੇ ਤੁਸੀਂ SOPs ਕਿਵੇਂ ਦੀ ਬਣਾਈ ਸੀਗੀ ਕਿਵੇਂ ਤੁਹਾਡਾ ਵੀਜ਼ਾ ਮਿਲਿਆ ਮੈਂ ਤਾਂ ਇੱਕ ਇੱਕ ਚੀਜ਼ ਟ੍ਰਾਂਸਪੇਰੈਂਟਲੀ ਆ ਆਪਣੇ ਸਟੂਡੈਂਟਸ ਨੂੰ ਆਪਣੇ ਆਫਿਸ ਦਿਖਾਉਂਦੀ ਹਾਂ ਕਿ ਤੁਸੀਂ ਇਹ ਦੇਖੋ ਇਹ SOP ਬਣਦੀ ਹੈ ਇਹ ਇਸ ਤਰ੍ਹਾਂ ਹੁੰਦਾ ਵਾ ਫਿਰ ਜਾ ਕੇ ਵੀਜ਼ਾ ਆਉਂਦਾ ਹੁਣ ਬਹੁਤ ਸਾਰੇ ਸਟੂਡੈਂਟਸ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਨੇ ਕਿਹੜੇ ਕਾਲਜ ਵਿੱਚ ਉਹਨਾਂ ਦੇ ਕੰਸਲਟੈਂਟ ਨੇ ਉਹਨਾਂ ਦੇ ਅਪਲਾਈ ਕੀਤਾ ਸੀਗਾ ਉਹਨਾਂ ਦੀ GIC ਤੱਕ ਨਹੀਂ ਗਈ ਹੁੰਦੀ ਹੈ ਮੇਰੇ ਕੋਲ ਬਹੁਤ ਸਾਰੇ ਸਟੂਡੈਂਟਸ ਆਉਂਦੇ ਨੇ ਜਿਹੜੇ ਆ ਕੇ ਕਹਿੰਦੇ ਨੇ ਕਿ ਸਾਡੇ ਪੁਰਾਣੇ ਕੰਸਲਟੈਂਟ ਨੇ ਪੈਕੇਜ ਕੀਤਾ ਸੀਗਾ ਬਟ ਸਾਡੀ GIC ਜਿਹੜੀ ਨਹੀਂ ਸੀ ਪੇ ਹੋਈ ਅਤੇ ਸਾਡਾ ਜਿਹੜਾ ਵਾ ਪੈਕੇਜ ਸਿਸਟਮ ਸੀਗਾ ਅਤੇ ਅਸੀਂ ਪੈਸੇ ਬਚਾਉਣ ਦੇ ਮਾਰੇ ਅਸੀਂ ਪੈਕੇਜ ਕੀਤਾ ਬਟ ਸਾਡਾ ਵੀਜ਼ਾ ਨਹੀਂ ਆਇਆ ਤੁਸੀਂ ਲੋਕ ਆਪਣੇ ਪੈਸੇ ਬਚਾਉਣ ਦੇ ਮਾਰੇ ਤੁਸੀਂ ਕੋਈ ਕੰਸਲਟੈਂਟ ਹਾਇਰ ਕਰਦੇ ਹੋ ਤੁਸੀਂ ਇਹਨਾਂ ਨੂੰ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਸਾਰੀ ਫੀਸ ਆਫਟਰ ਵੀਜ਼ਾ ਦੇਵਾਂਗੇ ਬਟ ਤੁਸੀਂ ਇਹ ਨਹੀਂ ਦੇਖਦੇ ਕਿ ਤੁਸੀਂ ਪਹਿਲਾਂ ਆਪਣਾ ਪੈਸਾ ਖਰਚਾ ਨੂੰ ਬਚਾਉਣ ਦੇ ਮਾਰਿਆਂ ਤੁਸੀਂ ਕਿੰਨਾ ਵੱਡਾ ਲੋਸ ਕਰਦੇ ਹੋ ਆਪਣਾ ਅਤੇ ਤੁਸੀਂ ਆਪਣੀ GIC ਪੇ ਕਰਿਆ ਕਰੋ ਆਪਣੀ ਕਾਲਜ ਫੀਸ ਜਿਹੜੀ ਪੇ ਕਰਿਆ ਕਰੋ ਐਂਡ ਆਪਣਾ ਵੀਜ਼ਾ ਜਿਹੜਾ ਵਾ ਤੁਸੀਂ ਲੈ ਸਕਦੇ ਹੋ ਬਟ ਪ੍ਰੋਪਰ ਇੱਕ ਤੁਹਾਨੂੰ ਕਾਉਂਸਲਿੰਗ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਰ ਗਾਈਡੈਂਸ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਕਿ ਇੱਕ ਵਧੀਆ ਕੰਸਲਟੈਂਟ ਹੀ ਤੁਹਾਨੂੰ ਦੇ ਸਕਦਾ ਅਤੇ ਤੁਸੀਂ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਅਤੇ ਆਪਣੇ ਬੱਚਿਆਂ ਦੇ ਫਿਊਚਰ ਨੂੰ ਨਾ ਸਪੋਇਲ ਕਰੋ ਅਤੇ ਈਵਨ ਸਟੂਡੈਂਟਸ ਜਿਹੜੇ ਇਸ ਵੀਡੀਓ ਨੂੰ ਵੇਖਣਗੇ ਜਦੋਂ ਵੀ ਵੀਡੀਓ ਅੱਗੇ ਸ਼ੇਅਰ ਹੋਏਗੀ ਜਾਂ ਜਦੋਂ ਵੀ ਅੱਗੇ ਪੋਸਟ ਹੋ ਕਰ ਅੱਗੇ ਦੀ ਅੱਗੇ ਜਾਏਗੀ ਤੁਸੀਂ ਇਸ ਚੀਜ਼ ਨੂੰ ਦਿਮਾਗ ਵਿੱਚ ਰੱਖ ਕੇ ਜਿਹੜਾ ਵਾ ਆਪਣੀ ਫਾਈਲ ਅਪਲਾਈ ਕਰਨਾ ਇਸ ਤਰ੍ਹਾਂ ਦੀ ਮੈਂ ਬਹੁਤ ਸਾਰੀ ਇਨਫੋਰਮੇਸ਼ਨ ਦਿੰਦੀ ਰਹਿੰਦੀ ਆਪਣੀ ਵੀਡੀਓਜ਼ ਦੇ ਵਿੱਚ ਫਰਦਰ ਤੁਹਾਨੂੰ ਇਸ ਤਰ੍ਹਾਂ ਦੇ ਬਹੁਤ ਸਾਰੇ ਮੇਰੀ ਵੀਡੀਓਜ਼ ਜਿਹੜੀਆਂ ਨੇ ਪੋਸਟ ਹੋਣਗੀਆਂ ਯੂਟਿਊਬ 'ਤੇ ਤੁਸੀਂ ਉੱਥੇ ਦੇਖ ਸਕੋਗੇ ਕੈਨੇਡਾ ਨੂੰ
ਤੁਹਾਨੂੰ ਇਸ ਦੇ ਲਈ ਮੇਰਾ ਸਬਸਕ੍ਰਾਈਬ ਕਰਨਾ ਪਏਗਾ, ਮੇਰੇ ਯੂਟਿਊਬ ਚੈਨਲ 'ਤੇ ਫਰਦਰ ਜਿਹੜਾ ਰੈਕਮੈਂਡ ਕਰਨਾ ਪਏਗਾ ਪ੍ਰੋਪਰ ਗਾਈਡੈਂਸ ਵਾਸਤੇ। ਤੁਸੀਂ ਇਹ ਮੇਰੇ ਯੂਟਿਊਬ ਚੈਨਲ 'ਤੇ ਜ਼ਰੂਰ ਜਾਇਆ ਕਰੋ ਅਤੇ ਇੱਥੇ ਜਿਹੜੀ ਇਨਫੋਰਮੇਸ਼ਨ ਗੈਦਰ ਕਰਿਆ ਕਰੋ। ਅਤੇ ਬਸ ਮੈਂ ਇਹੀ ਕਹਿਣਾ ਚਾਹੂੰਗੀ ਉਹਨਾਂ ਸਟੂਡੈਂਟਸ ਨੂੰ ਜਿਹੜੇ 6 ਬੈਂਡ ਓਵਰਆਲ ਲੈ ਕੇ ਬੈਠੇ ਹੋਏ ਨੇ ਬਟ ਈਚ ਦੇ ਵਿੱਚ ਜਿਹੜੇ ਆ ਉਹਨਾਂ ਦੇ ਬੈਂਡ ਨਹੀਂ ਹੈਗੇ ਨੇ, 5.5 ਅਗਰ ਉਹਨਾਂ ਦੇ ਹੈਗੇ ਨੇ, ਉਹ ਬੱਚੇ ਜਿਹੜੇ ਨੇ ਉਹ ਸਟਿਲ ਐਲੀਜੀਬਲ ਨੇ, ਸਟਿਲ ਯੂ ਵਿਲ ਗੈਟ ਯੋਰ ਵੀਜ਼ਾ ਫਰੋਮ ਫਲਾਈ ਅਬਰੋਡ ਔਫਿਸ। ਹੁਣ ਮੈਂ ਗੈਪ ਦੀ ਵੀ ਗੱਲ ਤੁਹਾਨੂੰ ਜਿਵੇਂ ਦੱਸਦੀ ਆ ਕਿ ਤੁਹਾਡੇ ਗੈਪ ਹੋਣ ਤਾਂ ਵੀ ਤੁਹਾਡਾ ਵੀਜ਼ਾ ਮੈਂ ਕਰਾ ਕੇ, ਪਰਸੈਂਟੇਜ ਘੱਟ ਨੇ ਤਾਂ ਵੀ ਤੁਹਾਡਾ ਵੀਜ਼ਾ ਕਰਵਾ ਕੇ ਦੇਵਾਂਗੀ। ਇੱਕ ਚੀਜ਼ ਹੋਰ ਇੱਥੇ ਮੈਂ ਦੱਸਾਂ, ਅਗਰ ਤੁਸੀਂ 2 ਤੋਂ 3 ਵਾਰੀ ਵੀ ਰਿਫਿਊਜ਼ਡ ਹੋ ਕੈਨੇਡਾ ਤੋਂ ਸਟਿਲ ਮੈਂ ਤੁਹਾਡਾ ਵੀਜ਼ਾ ਜਿਹੜਾ 100% ਕਰਵਾ ਕੇ ਦੇਵਾਂਗੀ। ਬਟ ਮੈਨੂੰ ਉਸ ਦੇ ਲਈ ਤੁਹਾਡੀ ਪ੍ਰੀਵੀਅਸ ਜਿਹੜੀ ਹੈਗੀ ਆ ਪ੍ਰੀਵੀਅਸ ਫਾਈਲਿੰਗ ਤੁਹਾਡੀ ਕਿਵੇਂ ਦੀ ਹੋਈ ਆ, ਤੁਸੀਂ ਉੱਥੇ ਕੀ ਮੈਨਸ਼ਨ ਕੀਤਾ, ਕਿਵੇਂ ਫਾਈਲ ਪ੍ਰੈਜੈਂਟ ਕੀਤੀ, ਮੈਨੂੰ ਉਸਦੀ ਡਿਟੇਲਸ ਚਾਹੀਦੀ ਹੋਊਗੀ। ਦੈਨ ਫਰਦਰ ਜਿਹੜਾ ਵਾ ਉਸਦੇ ਅਕੋਰਡਿੰਗ ਜਿਹੜਾ ਵਾ ਅਸੀਂ ਆਪਣੀ ਫਾਈਲ ਪ੍ਰਿਪੇਅਰ ਕਰਾਂਗੇ ਅਤੇ ਤੁਹਾਡਾ ਵੀਜ਼ਾ ਤੁਹਾਨੂੰ ਲੈ ਕੇ ਦੇਵਾਂਗੇ। ਇਸਦੇ ਲਈ ਤੁਹਾਨੂੰ ਨੀਚੇ ਦਿੱਤੇ ਹੋਏ ਨੰਬਰਸ ਦੇ ਉੱਤੇ ਮੈਨੂੰ ਕੰਟੈਕਟ ਕਰਨਾ ਪਏਗਾ ਜਾਂ ਮੇਰਾ ਔਫਿਸ ਐਡਰੈਸ ਨੀਚੇ ਮੈਨਸ਼ਨ ਹੋਇਆ, ਤੁਸੀਂ ਉੱਥੇ ਵਿਜ਼ਿਟ ਕਰਕੇ ਜਿਹੜਾ ਵਾ ਆਪਣਾ ਕੇਸ ਡਿਸਕਸ ਕਰ ਸਕਦੇ ਹੋ ਮੇਰੇ ਨਾਲ ਅਤੇ ਮੇਰਾ ਪਰਸਨਲ ਨੰਬਰਸ ਵੀ ਇੱਥੇ ਡਿਸਪਲੇ ਹੋਣਗੇ, ਤੁਸੀਂ ਉਹਦੇ 'ਤੇ ਵੀ ਅਪੁਆਇੰਟਮੈਂਟ ਲੈ ਸਕਦੇ ਹੋ ਅਤੇ ਮੈਨੂੰ ਮਿਲ ਸਕਦੇ ਹੋ ਮੇਰੇ ਹੈੱਡ ਔਫਿਸ ਅੰਮ੍ਰਿਤਸਰ ਵਿੱਚ ਜਾਂ ਭਿੱਖੀਵਿੰਡ ਦੇ ਵਿੱਚ ਬ੍ਰਾਂਚ ਔਫਿਸ। ਸੋ ਥੈਂਕਸ ਅ ਲੋਟ ਆਲ ਆਫ ਯੂ।